ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਡੰਡੋਤ ਵੰਦਨ ਅਨਕ ਵਾਰ ਸਰਗ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ
दिन ते पहर पहर ते करियां आव कटे तन छिजे काल अहेरी फिरे बदक ज्यों कहो कवन बिद की जय सो दिन आवन लगा मात पिता भाई सुत बनता कहो को है का कम जब लग जूत काया मह बरते अप पछु न बुझे लालच करे जीवन पद कारण लोचन कछु न सुझे आनंद गुणी निदान गुरु गरीब जल की पी
पवन का अंबा, रक्त बूंद का क्या मेरा क्या तेरा।
पंके पाल पाक सिर टेरी एह तन होए को पसन की टेरी Yeah.
ਤਨ ਸੇ ਸੁਣੀ ਅਰ ਵਹਿ ਗਏ ਹੇੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਸਭਨਾ ਮਰਣਾ ਆਇਆ ਬੇਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕੇ ਨਾਹ ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹੁ ਨਾਲ ਪਿਆਰ ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਵਾਜ਼ ਭੋਰਾ ਨਹੀਂ ਬਣੀ ਹੋਈ ਜੀ ਆਓ ਜਿਤਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ
ਸਤਿਗੁਰੂ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਅੱਜ ਆਪਾਂ ਸਾਰੀਆਂ ਸੰਗਤਾਂ ਸ਼ਰੀਕ ਹੋਏ ਹਾਂ ਜੋ ਕਿ ਗੁਰਾਂ ਦਾ ਰੱਬੀ ਫਰਮਾਨ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਗੁਰਬਾਣੀ ਦੇ ਮਾਂ ਬਾਪ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ ਆਓ ਜਿੰਨੀ ਵਾਹਿਗੁਰੂ ਜੀ ਨੇ ਇਹਨਾਂ ਨੂੰ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕਰਕੇ ਇਸ ਮਾਤ ਲੋਕ ਦੀ ਧਰਤੀ 'ਤੇ ਭੇਜਿਆ ਸੀ ਸੋ ਇਹਨਾਂ ਸਵਾਸਾਂ ਨੂੰ ਸੰਪੂਰਨ ਕਰਦੇ ਹੋਏ ਮਾਤ ਲੋਕ ਦੀ ਯਾਤਰਾ ਕਰਦੇ ਹੋਏ ਕਈ ਰੋਜ਼ ਤੋਂ ਪਰਿਵਾਰ ਨੂੰ ਸਰਬੱਤ ਸੰਗਤਾਂ ਨੂੰ ਆਓ ਤਨ ਕਰਕੇ ਮਾਤਾ ਜੀ ਸਦੀਪ ਵਿਛੋੜਾ ਦੇ ਗਏ ਹਨ ਸੋ ਅੱਜ ਆਪਾਂ ਸਾਰੀਆਂ ਸੰਗਤਾਂ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਹਾਂ ਪਰਿਵਾਰ ਦੇ ਨਾਲ ਆ ਕੇ ਦੁੱਖ ਵੰਡਾਇਆ ਔਰ ਸੰਗਤ ਰੂਪ ਵਿੱਚ ਵਾਹਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਕਤ ਰੋ ਕੇ ਮਾਤਾ ਜੀ ਦੀ ਰੂਹ ਦੇ ਨਿਮਿੱਤ ਆਓ ਬੇਨਤੀਆਂ ਜੋਦੜੀਆਂ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਸੰਗਤ ਰੂਪ ਵਿੱਚ ਅਕਤ ਰੋਏ ਹਾਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਸੋ ਇਹ ਬੇਨਤੀ ਜੋਦੜੀ ਕਰਨ ਵਾਸਤੇ ਆਓ ਨਿਰੰਕਾਰ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੰਗਤ ਰੂਪ ਵਿੱਚ ਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋਏ ਹਾਂ ਤੋ ਜਿਤਨਾ ਕਿ ਵੀ ਸਮਾਂ ਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠਣ ਦਾ ਆਓ ਗੁਰਾਂ ਦੇ ਰੱਬੀ ਅਮੋਲਕ ਵਚਨ ਸਰਵਣ ਕਰਨ ਦਾ ਸਮਾਂ ਮਿਲਿਆ ਵਾਹਿਗੁਰੂ ਘਰ ਦਾ ਸਿਧਾਂਤ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਆਓ ਮਨ ਬਿਰਤੀਆਂ ਇਕਾਗਰ ਕਰਕੇ ਬੈਠੀਏ ਆਪਣੀ ਸੁਰਤ ਨੂੰ ਗੁਰਾਂ ਦੇ ਸ਼ਬਦ ਦੇ ਨਾਲ ਬਾਣੀ ਦੇ ਨਾਲ ਜੋੜੀਏ ਤਾਂ ਜੋ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਨੂੰ ਵੀ ਬਹੁਤ ਬਹੁਤ ਬੇਅੰਤ ਬੇਅੰਤ ਲਾਭ ਪ੍ਰਾਪਤ ਹੋ ਸਕਦਾ ਹੈ ਗੁਰਾਂ ਦੀ ਬਾਣੀ ਤੋਂ ਔਰ ਉਸ ਰੂਹ ਦਾ ਵੀ ਉਧਾਰ ਹੋ ਸਕਦਾ ਜਿਸ ਨਿਮਿੱਤ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜੇ ਹਾਂ ਸਤਿਗੁਰੂ ਜੀ ਫਰਮਾਨ ਕਰਦੇ ਹੈ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ ਗੁਰੂ ਸਾਹਿਬ ਜੀ ਫਰਮਾਨ ਕਰਦੇ ਹੈ ਭਾਈ ਕੋਈ ਸੰਗਤ ਦੇ ਵਿੱਚ ਬੈਠ ਕੇ ਗੁਰਾਂ ਦੀ ਬਾਣੀ ਨੂੰ ਗੁਰਾਂ ਦਿਆਂ ਬਚਨਾਂ ਨੂੰ ਸੁਣ ਨਾ ਕਰੇ ਕੋਈ ਗਾਇਨ ਕਰਨਾ ਕਰੇ ਤੋ ਇਹੀ ਮਰਿਆਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ
ਹਰੀ ਦੇ ਨਾਮ ਨੂੰ ਚਿੱਤ ਲਾ ਕੇ ਪਰਮੇਸ਼ਰ ਦੇ ਕਾਰਜ ਨੂੰ ਸਤਸੰਗਤ ਦੀਆਂ ਘੜੀਆਂ ਨੂੰ ਕਰਨਾ ਕਰੇ ਤਾਂ ਗੁਰੂ ਸਾਹਿਬ ਜੀ ਅੱਗੇ ਵਰ ਦਿੰਦੇ ਆ ਆਪਣੇ ਸਿੱਖਾਂ ਨੂੰ ਗੁਰਸਿੱਖਾਂ ਨੂੰ ਸੰਗਤ ਨੂੰ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਕਤ ਪਾਹੇ। ਗੁਰੂ ਸਾਹਿਬ ਜੀ ਕਹਿੰਦੇ ਭੋਰਾ ਵੀ ਸ਼ੰਕੇ ਵਾਲੀ ਗੱਲ ਨਹੀਂ, ਭੋਰਾ ਵੀ ਸੰਦੇਹ ਨਹੀਂ। ਜਿਹੜਾ ਪਿਆਰਾ ਗੁਰੂ ਦਾ ਬਚਨ ਮੰਨੇਗਾ, ਗੁਰੂ ਕੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਜੀ ਦੇ ਨਾਮ ਨੂੰ ਜਪੇਗਾ, ਨਾਮ ਦੀ ਮਹਿਮਾ ਨੂੰ ਸਰਵਣ ਕਰੇਗਾ, ਮਹਾਰਾਜ ਕਹਿੰਦੇ ਭੋਰਾ ਵੀ ਸ਼ੰਕੇ ਵਾਲੀ ਗੱਲ ਨਹੀਂ। ਜਦੋਂ ਹੀ ਉਹਦਾ ਅੰਤ ਸਮਾਂ ਆਵੇਗਾ, ਸੰਸਾਰ ਦੇ ਵਿੱਚੋਂ ਉਹਦੀ ਪਰਾਲਬਧ ਸਰੀਰ ਦੀ ਸੰਪੂਰਨ ਹੋ ਜਾਵੇਗੀ, ਭਾਵ ਦਿੱਤੇ ਹੋਏ ਸਵਾਸ ਵਾਹਿਗੁਰੂ ਵੱਲੋਂ ਸੰਪੂਰਨ ਹੋ ਜਾਣਗੇ, ਉਸੇ ਵੇਲੇ ਉਹ ਜਿਹੜਾ ਉਹ ਆਤਮਾ ਆਪਣੇ ਨਿੱਜ ਘਰ ਸੱਚਖੰਡ ਵਿੱਚ ਚਲੀ ਜਾਵੇਗੀ। ਮਹਾਰਾਜ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰ ਦੇਣਗੇ। ਇਹ ਗੁਰਾਂ ਦਾ ਬਚਨ ਹੈ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਹੇ। ਜਦੋਂ ਇਹ ਅੰਤਲਾ ਸਮਾਂ ਆ ਗਿਆ, ਮਹਾਰਾਜ ਕਹਿੰਦੇ ਉਸ ਰੂਹ ਨੂੰ ਪਰਮਗਤੀ ਦੀ ਪ੍ਰਾਪਤੀ ਹੋ ਜਾਵੇਗੀ, ਉਹਦੇ ਜੀਵਨ ਦਾ ਮਨੋਰਥ ਪੂਰਾ ਹੋ ਜਾਵੇਗਾ। ਭਈ ਪ੍ਰਾਪਤ ਮਾਨੁੱਖ ਤੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਸਰੀਰ ਦਾ ਜਿਹੜਾ ਮਕਸਦ ਹੈ ਗੁਰੂ ਕੀ ਸੰਗਤ ਇਹੀ ਹੈ, ਜੋ ਬੜੇ ਯੁੱਗਾਂ ਤੋਂ ਬਾਅਦ ਮਾਨਸ ਜਨਮ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੱਸਦੇ ਨੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ। ਬੜੇ ਯੁੱਗਾਂ ਦੇ ਆਪਾਂ ਫਿਰ ਰਹੇ ਹਾਂ, ਕਦੇ ਜਨਮ ਲੈਂਦੇ ਹਾਂ ਕਦੇ ਮਰ ਜਾਂਦੇ ਹਾਂ, ਕਦੇ ਜਨਮ ਲੈਂਦੇ ਹਾਂ ਕਦੇ ਮਰ ਜਾਂਦੇ ਹਾਂ, ਇਉਂ ਯੁੱਗਾਂ ਦੇ ਯੁੱਗ ਬੀਤ ਚੁੱਕੇ ਨੇ। ਮਹਾਰਾਜ ਵਚਨ ਕਰਦੇ ਆ, ਇਉਂ ਫਿਰਦਿਆਂ ਫਿਰਦਿਆਂ ਨੂੰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਉਂ ਜਨਮ ਮਰਨ ਗੇੜ ਦੇ ਵਿੱਚ ਬੜੇ ਯੁੱਗਾਂ ਦੇ ਯੁੱਗ ਬੀਤ ਚੁੱਕੇ ਨੇ ਜੂਨਾਂ ਭੋਗਦਿਆਂ ਨੂੰ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ। ਹੁਣ ਗੁਰਾਂ ਦੀ ਕਿਰਪਾ ਹੋਈ ਹੈ, ਵਾਹਿਗੁਰੂ ਦੀ ਕਿਰਪਾ ਹੋਈ ਹੈ, ਅਤੇ ਮਾਨਸ ਜਨਮ ਗੁਰਾਂ ਨੇ ਆਪਾਂ ਨੂੰ ਦਿੱਤਾ ਹੈ, ਮਾਨਸ ਜਨਮ ਦੀ ਪ੍ਰਾਪਤੀ ਹੋਈ ਹੈ ਗੁਰਾਂ ਦੀ ਕਿਰਪਾ ਦੇ ਨਾਲ। ਅੱਗੇ ਸਾਹਿਬ ਜੀ ਦੱਸਦੇ ਹੈ, ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਹੈ ਕਿ ਵਾਹਿਗੁਰੂ ਨੂੰ ਮਿਲਣ ਦੀ ਇਹ ਵਾਰੀ ਹੈ ਮਾਨਸ ਜਨਮ। ਇਹ ਜਿਹੜੀ ਦੇਹ ਹੈ ਬੜੀ ਉੱਤਮ ਦੇਹੀ ਹੈ, ਮਾਨਸ ਜਨਮ। ਭਾਵੇਂ ਪਿਛਲੀਆਂ ਵੀ ਜੂਨਾਂ ਨੇ, ਉਹਨਾਂ ਨੂੰ ਕੋਈ ਸਤਿਗੁਰਾਂ ਨੇ ਮਾਣ ਵਡਿਆਈ ਨਹੀਂ ਦਿੱਤੀ। ਭਾਵੇਂ 84 ਲੱਖ ਜੂਨ ਹੈ, ਲੱਖ 84 ਜੋਨ ਸਵਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਸਤਿਗੁਰ ਜੀ ਭਾਵੇਂ ਦੱਸਦੇ ਆ ਕਿ 84 ਲੱਖ ਜੋਨ ਹੈ, 42 ਲੱਖ ਧਰਤੀ ਦੇ ਥੱਲੇ ਜੀਵ ਨੇ, 42 ਲੱਖ ਧਰਤੀ ਦੇ ਉੱਪਰ ਜੀਵ ਨੇ, 84 ਲੱਖ ਜੂਨ ਹੈ ਜਿਹਦੇ ਵਿੱਚ ਮਾਨਸ ਜਨਮ ਵੀ ਆ ਜਾਂਦਾ ਹੈ। ਪਰ ਜਿਹੜੀਆਂ ਪਿਛਲੀਆਂ ਜੂਨਾਂ ਨੇ, ਉਹਨਾਂ ਨੂੰ ਕੋਈ ਗੁਰਾਂ ਨੇ ਮਾਨਤਾ ਨਹੀਂ ਦਿੱਤੀ, ਕੋਈ ਵਡਿਆਈ ਨਹੀਂ ਦਿੱਤੀ। ਉਹ ਤਾਂ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਹੀ ਸੰਸਾਰ ਦੇ ਵਿੱਚ ਆਉਂਦੇ ਨੇ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ,
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤੋ ਇੰਨਾ ਕੁਝ ਜੂਨਾਂ ਦੇ ਸਤਿਗੁਰੂ ਆਪਾਂ ਨੂੰ ਨਾਂ ਲੈ ਕੇ ਦੱਸਦੇ ਨੇ, ਜਿਨ੍ਹਾਂ ਦੀ ਅੱਜ ਆਪਾਂ ਨੂੰ ਯਾਦ ਵਿਸਰ ਚੁੱਕੀ ਹੈ। ਸੰਗਤ ਵਿੱਚ ਆਉਂਦੇ ਹਾਂ ਤਾਂ ਗੁਰੂ ਆਪਾਂ ਨੂੰ ਪਿਛਲੇ ਜਨਮਾਂ ਦਾ ਗਿਆਨ ਵੀ ਕਰਾਉਂਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਆਪਾਂ ਨੂੰ ਦੱਸ ਦਿੰਦੇ ਕਿ ਜਿਹੜਾ ਮਾਨਸ ਜਨਮ ਹੈ, ਜਿਹੜਾ ਅੱਜ ਆਪਾਂ ਨੂੰ ਪ੍ਰਾਪਤ ਹੋਇਆ ਹੋਇਆ, ਇਸ ਤੋਂ ਪਹਿਲਾਂ ਵੀ ਬੜੇ ਜਨਮ ਲਏ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਸਤਿਗੁਰੂ ਜੀ ਦੱਸਦੇ ਨੇ ਕਿ ਕਈ ਜਨਮ ਕੀੜਿਆਂ ਪਤੰਗਿਆਂ ਦੇ ਆਪਾਂ ਭੋਗਦੇ ਰਹੇ ਹਾਂ, ਉਹ ਵੀ ਜਨਮ ਧਾਰਨ ਕੀਤੇ ਨੇ ਆਪਾਂ ਗੁਰੂ ਕੀ ਸੰਗਤ। ਕਈ ਜਨਮ ਗਜ ਮੀਨ ਕਰੰਗਾ, ਗਜ ਕਹਿੰਦੇ ਹਾਥੀ ਨੂੰ, ਮੀਨ ਕਹਿੰਦੇ ਮੱਛੀ ਨੂੰ, ਕਰੰਗਾ ਕਹਿੰਦੇ ਹਿਰਨ ਨੂੰ। ਕਈ ਜਨਮ ਹਾਥੀ ਦਾ ਜਨਮ ਭੋਗਦੇ ਰਹੇ ਹੈ, ਕਈ ਜਨਮ ਮੱਛੀ ਦਾ ਜਨਮ, ਕਈ ਜਨਮ ਹਿਰਨ ਦਾ ਜਨਮ ਭੋਗਦੇ ਰਹੇ ਹੈ, ਕਈ ਜਨਮ ਪੰਖੀ ਸਰਪ ਹੋਇਓ। ਸਤਿਗੁਰੂ ਜੀ ਦੱਸਦੇ ਨੇ ਕਿ ਕਈ ਜਨਮ ਪੰਛੀਆਂ ਦੇ ਜਾਮੇ ਭੋਗਦੇ ਰਹੇ ਹਾਂ, ਕਈ ਜਨਮ ਆਪਾਂ ਸੱਪ ਦਾ ਜਨਮ ਭੋਗਦੇ ਰਹੇ ਹਾਂ, ਕਈ ਜਨਮ ਹੈਵਰ ਵਿਰਖ ਜੋਇਓ। ਹੈਵਰ ਗੁਰੂ ਕੀ ਸੰਗਤ ਘੋੜੇ ਨੂੰ ਕਹਿੰਦੇ ਹੈ ਗੁਰਮੁਖੀ ਦੇ ਵਿੱਚ, ਹੈਵਰ ਵਿਰਖ ਕਹਿੰਦੇ ਹੈ ਬਲਦ ਨੂੰ, ਜੋਇਓ ਕਹਿੰਦੇ ਆ ਜੋੜਨਾ। ਸਤਿਗੁਰੂ ਜੀ ਦੱਸਦੇ ਨੇ ਕਿ ਕਈ ਜਨਮ ਭਾਈ ਘੋੜੇ ਦਾ ਜਨਮ ਭੋਗਦੇ ਰਹੇ ਹੈ, ਕਈ ਜਨਮ ਬਲਦ ਬਣ ਕੇ ਪੰਜਾਲੀ ਦੇ ਨਾਲ ਵੀ ਜੁੜਦੇ ਰਹੇ ਹੈ। ਤੋ ਇਸ ਕਰਕੇ ਉਹ ਵੀ ਜਨਮ ਸਨ ਗੁਰੂ ਕੀ ਸੰਗਤ, ਉਹਨਾਂ ਜਨਮਾਂ ਨੂੰ ਗੁਰਾਂ ਨੇ ਕੋਈ ਵਡਿਆਈ ਨਹੀਂ ਦਿੱਤੀ, ਉਹ ਤਾਂ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਨੇ, ਅੱਗੇ ਕੋਈ ਵਾਧਾ ਨਹੀਂ ਕਰ ਸਕਦੇ, ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਸੰਗਤ ਵਿੱਚ ਨਹੀਂ ਆ ਸਕਦੇ, ਸੇਵਾ ਨਹੀਂ ਕਰ ਸਕਦੇ। ਜਿਹੜੀਆਂ ਪਿਛਲੀਆਂ ਜੋਨਾਂ ਨੇ ਉਹਨਾਂ ਨੂੰ ਅਧਿਕਾਰ ਨਹੀਂ, ਆਪਾਂ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਵੜਨ ਨਹੀਂ ਦਿੰਦੇ। ਅਤੇ ਇਸ ਵਾਸਤੇ ਇੱਕੋ ਇੱਕ ਮਾਨਸ ਜਨਮ ਹੈ ਜਿਹਨੂੰ ਬਹੁਤ ਵਡਿਆਈਆਂ ਗੁਰੂ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਵਚਨ ਕਰਦੇ ਆ, ਲੱਖ 84 ਜੋਨ ਸਵਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਭਾਵੇਂ 84 ਲੱਖ ਜੋਨ ਹੈ, ਪਰ ਸਤਿਗੁਰੂ ਜੀ ਵਚਨ ਕਰਦੇ ਆ ਕਿ ਮਾਨਸ ਜਨਮ ਨੂੰ ਬਹੁਤ ਵਡਿਆਈਆਂ ਨੇ। ਜਿਹੜਾ ਬੜਾ ਦੁਰਲਭ ਹੈ, ਜੋ ਵੱਡਿਆਂ ਭਾਗਾਂ ਦੇ ਨਾਲ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਮਾਨਸ ਜਨਮ ਜਿਹੜਾ ਆਪਾਂ ਨੂੰ ਪ੍ਰਾਪਤ ਹੋਇਆ, ਇਹਦੇ ਵਿੱਚ ਰਹਿੰਦੇ ਹਾਂ, ਵਾਹਿਗੁਰੂ ਨਾਮ ਦੀ ਬੰਦਗੀ ਨਾ ਕੀਤੀ, ਗੁਰੂ ਵਾਲਾ ਨਹੀਂ ਬਣਿਆ, ਗੁਰੂ ਕੀ ਸੰਗਤ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਮਹਾਰਾਜ ਕਹਿੰਦੇ ਫਿਰ ਇਹ ਜਨਮ ਐਵੇਂ ਵਿਅਰਥ ਚੱਲਿਆ ਜਾਂਦਾ ਹੈ। ਇਸ ਜਨਮ ਦੇ ਹੱਥੋਂ ਨਿਕਲਦਿਆਂ ਸਾਰ ਹੀ ਆਵਾਗਮਨ ਫਿਰ ਸ਼ੁਰੂ ਹੋ ਜਾਂਦਾ ਹੈ। ਸੋ ਆਏ ਜਾਏ ਦੁੱਖ ਪਾਏਂਦਾ, ਕਦੇ ਸੰਸਾਰ ਵਿੱਚ ਆ ਗਿਆ, ਕਦੇ ਚੱਲਿਆ ਗਿਆ, ਕਦੇ ਆ ਗਿਆ ਫਿਰ ਚੱਲਿਆ ਗਿਆ, ਇਉਂ ਜਨਮ ਮਰਨ ਦਾ ਗੇੜ ਫਿਰ ਸਿਰ ਦੇ ਉੱਪਰ ਪੈ ਜਾਂਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਾਂ ਨੂੰ ਹਦਾਇਤ ਕਰਦੇ ਆ, ਜਿਨ੍ਹਾਂ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਮਾਨਸ ਜਨਮ ਦੀ ਪ੍ਰਾਪਤੀ ਹੋਈ ਹੈ ਗੁਰਾਂ ਦੀ ਕਿਰਪਾ ਦੇ ਨਾਲ, ਪਰ ਉਹ ਗੁਰੂ ਵਾਲੇ ਨਹੀਂ ਬਣਦੇ, ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਮਹਾਰਾਜ ਫਿਰ ਉਹਨਾਂ ਨੂੰ ਤਰਕਾਰ ਦਿੰਦੇ ਆ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਾਹਿਬ ਐਸੇ ਵਚਨ ਕਰਦੇ ਆ,
महापुरख धारना भी पढ़ाया कर दे। काहे जग आए ने नाम ना जपदे जड़े, काहे जग आए भाई नाम ना जपदे जड़े, ਆਏ ਰਾਮ ਰਾਜੇ। ਸਤਿਗੁਰੂ ਜੀ ਫਰਮਾਨ ਕਰਦੇ ਆ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਮਾਨਸ ਜਨਮ ਲੈ ਕੇ ਸੰਸਾਰ ਦੇ ਵਿੱਚ ਗੁਰਾਂ ਦਾ ਵਚਨ ਨਹੀਂ ਮੰਨਿਆ, ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਣਾ ਕੀਤਾ, ਸਤਿਗੁਰੂ ਜੀ ਵਚਨ ਕਰਦੇ ਆ ਕਿ ਉਹ ਸੰਸਾਰ ਦੇ ਵਿੱਚ ਹੀ ਕਿਉਂ ਆਏ, ਕਿਉਂ ਉਹਨਾਂ ਨੇ ਸੰਸਾਰ ਦੇ ਵਿੱਚ ਮਾਨਸ ਜਨਮ ਲਿਆ। ਉਹਨਾਂ ਨੂੰ ਗੁਰੂ ਧਰਕਾਰ ਦਿੰਦੇ ਆ ਗੁਰੂ ਕੀ ਸੰਗਤ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਸਤਿਗੁਰੂ ਜੀ ਬਚਨ ਕਰਦੇ ਆ ਕਿ ਜਿਹੜਾ ਮਾਨਸ ਜਨਮ ਹੈ ਬੜਾ ਦੁਰਲਭ ਹੈ, ਬਹੁਤ ਵੱਡਿਆਂ ਭਾਗਾਂ ਦੇ ਨਾਲ ਇਹਦੀ ਪ੍ਰਾਪਤੀ ਹੁੰਦੀ ਹੈ। ਇਸ ਮਾਨਸ ਜਨਮ ਨੂੰ ਦੇਵਤੇ ਵੀ ਲੋਚਦੇ ਨੇ। ਸਤਿਗੁਰੂ ਜੀ ਵਚਨ ਕਰਦੇ ਆ ਗੁਰ ਸੇਵਾ ਅਤੇ ਭਗਤ ਕਮਾਈ,
ਤਬ ਇਹ ਮਾਣਸ ਦੇਹੀ ਪਾਈ। ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵ ਕਹਿੰਦੇ ਹੈ ਦੇਵਤਿਆਂ ਨੂੰ। ਮਹਾਰਾਜ ਵਚਨ ਕਰਦੇ ਹੈ ਕਿ ਜਿਹੜਾ ਮਾਨਸ ਜਨਮ ਅੱਜ ਆਪਾਂ ਨੂੰ ਪ੍ਰਾਪਤ ਹੋਇਆ ਗੁਰਾਂ ਦੀ ਕਿਰਪਾ ਦੇ ਨਾਲ, ਇਸ ਮਾਨਸ ਜਨਮ ਨੂੰ ਦੇਵਤੇ ਵੀ ਲੋਚਦੇ ਹੈ ਗੁਰੂ ਕੀ ਸੰਗਤ। ਤੋ ਸਤਿਗੁਰੂ ਜੀ ਵਚਨ ਕਰਦੇ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਜਿਹੜਾ ਮਾਨਸ ਜਨਮ ਹੈ ਭਾਈ ਬੜਾ ਦੁਰਲਭ ਹੈ, ਪਰ ਨਾਮ ਜਪਣ ਤੋਂ ਬਿਨਾਂ ਇਹ ਵਿਅਰਥ ਹੀ ਚੱਲਿਆ ਜਾਂਦਾ ਹੈ। ਜਿਵੇਂ ਗੁਰੂ ਜੀ ਵਚਨ ਕਰਦੇ ਆ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਈਆਂ ਦਾ ਜੀਵਨ ਦਾ ਮਕਸਦ ਕਈਆਂ ਨੇ ਇਉਂ ਹੀ ਅਪਣਾ ਲਿਆ ਹੈ। ਜਿਹੜੇ ਗੁਰੂ ਦਾ ਵਚਨ ਨਹੀਂ ਮੰਨਦੇ, ਗੁਰੂ ਵਾਲੇ ਨਹੀਂ ਬਣਦੇ, ਮਰਿਆਦਾ ਵਿੱਚ ਨਹੀਂ ਚੱਲਦੇ, ਅਤੇ ਗੁਰੂ ਕੀ ਸੰਗਤ ਉਹਨਾਂ ਨੇ ਆਪਣੀ ਮਰਿਆਦਾ ਧਾਰਨ ਕਰ ਲਈ ਹੈ, ਜਿਵੇਂ ਉਹਨਾਂ ਦਾ ਮਨ ਕਹਿੰਦਾ ਉਵੇਂ ਹੀ ਕਰਦੇ ਨੇ। ਤੋ ਸਤਿਗੁਰੂ ਹੁਣ ਉਹਨਾਂ ਦੀ ਬਾਬਤ ਦੱਸਦੇ ਨੇ ਕਿ ਉਹ ਜਿਹੜੀ ਰਾਤ ਹੈ, ਰੈਣ ਕਹਿੰਦੇ ਆ ਰਾਤ ਨੂੰ, ਰੈਣ ਗਵਾਈ ਸੋਏ ਕੈ, ਜਿਹੜਾ ਮਨਮੁੱਖ ਹੈ, ਜਿਹਨੇ ਮਨ ਨੂੰ ਮੁੱਖ ਰੱਖਿਆ, ਗੁਰੂ ਦਾ ਵਚਨ ਨਹੀਂ ਮੰਨਦਾ, ਗੁਰੂ ਕੀ ਸੰਗਤ ਉਹ ਸਮਝਦਾ ਹੈ ਕਿ ਜਿਹੜੀ ਰਾਤ ਹੈ ਉਹ ਸੌਣ ਵਾਸਤੇ ਹੀ ਮਿਲੀ ਹੈ। ਹਾਲਾਂਕਿ ਰਾਤ ਨੂੰ ਸਾਰੇ ਜੀਵ ਸੌਂਦੇ ਵੀ ਹੈ ਆਪਾਂ, ਪਰ ਜਿਹੜਾ ਅੰਮ੍ਰਿਤ ਵੇਲਾ ਗੁਰਸਿੱਖਾਂ ਨੂੰ ਹਦਾਇਤ ਕੀਤੀ ਹੈ ਗੁਰਾਂ ਨੇ ਕਿ ਪਿਛਲੇ ਤਿੰਨ ਪਹਿਰ ਤੁਸੀਂ ਆਰਾਮ ਕਰਨਾ, ਚੌਥੇ ਪਹਿਰ ਦੇ ਵਿੱਚ ਜਾਗ ਕੇ ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਦਾ ਨਾਮ ਜਪਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਜੇ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਵੀ ਮੈਂ ਸਿੱਖ ਹੈ, ਮਹਾਰਾਜ ਕਹਿੰਦੇ ਉਹ ਭਲਕੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰਦਾ ਹੈ। ਤੋ ਇਸ ਕਰਕੇ ਗੁਰਸਿੱਖਾਂ ਨੂੰ ਇਹ ਹਦਾਇਤ ਹੈ ਕਿ ਅੰਮ੍ਰਿਤ ਵੇਲੇ ਉੱਠਣਾ। ਭਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਹੇ ਸੰਤ ਜਨਾ ਮੇਰੇ ਰਾਮ ਪਿਆਰੇ। ਤੋ ਜਿਹੜੇ ਰੱਬ ਦੇ ਪਿਆਰੇ ਨੇ, ਭਗਤ ਨੇ, ਗੁਰਸਿੱਖ ਨੇ, ਜਿਨ੍ਹਾਂ ਨੂੰ ਮਾਨਸ ਜਨਮ ਦੀ ਕਦਰ ਹੋ ਗਈ ਹੈ, ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਆ, ਵਾਹਿਗੁਰੂ ਦੇ ਨਾਮ ਨੂੰ ਜਪਦੇ ਆ। ਇਹਦੇ ਨਾਲ ਮਨੁੱਖਾ ਜਨਮ ਸਫਲਾ ਹੁੰਦਾ ਹੈ, ਆਤਮਿਕ ਤਰੱਕੀ ਹੁੰਦੀ ਹੈ ਗੁਰੂ ਕੀ ਸੰਗਤ। ਪਰ ਸਤਿਗੁਰੂ ਅੱਗੇ ਮਨਮੁੱਖ ਦੀ ਗੱਲ ਕਰਦੇ ਆ ਕਿ ਮਨਮੁੱਖ ਨੇ ਤਾਂ ਚਾਰੇ ਪਹਿਰ ਸੌਂ ਕੇ ਹੀ ਗੁਜ਼ਾਰ ਦਿੱਤੇ ਰਾਤ ਦੇ, ਰਹਿਣ ਗਵਾਈ ਸੋਏ ਕੈ। ਰਾਤ ਤਾਂ ਉਹਨੇ ਸੌਂ ਕੇ ਹੀ ਗਵਾ ਦਿੱਤੀ, ਸਾਰੀ ਰਾਤ ਸੁੱਤਾ ਹੀ ਰਿਹਾ ਹੈ, ਅੰਮ੍ਰਿਤ ਵੇਲੇ ਜਾਗਿਆ ਨਹੀਂ। ਤੋ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨਹੀਂ, ਮਹਾਰਾਜ ਉਹਨਾਂ ਨੂੰ ਮੁਰਦੇ ਦਾ ਖਿਤਾਬ ਦਿੰਦੇ ਹੈ। ਆਪਾਂ ਹੁਣ ਕਬਰਾਂ ਵਿੱਚ ਜਾ ਕੇ ਜੇ ਕੋਈ ਜੀਵ ਪ੍ਰਾਣੀ ਚੜ੍ਹਾਈ ਕਰ ਜਾਂਦਾ, ਆਪਾਂ ਜਾ ਕੇ ਉਹਦਾ ਸੰਸਕਾਰ ਕਰਦੇ ਹਾਂ ਗੁਰੂ ਕੀ ਸੰਗਤ, ਉਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਚੇਤਨਤਾ ਸ਼ਕਤੀ ਚਲੇ ਜਾਂਦੀ ਹੈ, ਉਹ ਮਿੱਟੀ ਰਹਿ ਜਾਂਦੀ ਹੈ, ਮੁਰਦਾ ਰਹਿ ਜਾਂਦਾ ਹੈ। ਤੋ ਗੁਰੂ ਕੀ ਸੰਗਤ ਉਹਨੂੰ ਕੋਈ ਮਾਨਤਾ ਨਹੀਂ ਦਿੰਦਾ ਸੰਸਾਰ ਦੇ ਵਿੱਚ, ਕਿਉਂਕਿ ਸਭ ਕੁਛ ਜੀਵਤ ਕੋ ਵਿਵਹਾਰ, ਜਿੰਨਾ ਸਮਾਂ ਜੀਵ ਜਿਉਂਦਾ ਉਨਾ ਸਮਾਂ ਸਾਰੇ ਸੰਸਾਰ ਦੇ ਨਾਲ ਪ੍ਰਾਣਾਂ ਕਰਕੇ ਸਵਾਸਾਂ ਕਰਕੇ ਇਹਦਾ ਸੰਬੰਧ ਜੁੜਿਆ ਹੋਇਆ। ਤੋ ਜਦੋਂ ਹੀ ਆਤਮਾ ਚਲੀ ਜਾਂਦੀ ਹੈ ਸਰੀਰ ਵਿੱਚੋਂ, ਸਰੀਰ ਸੁੰਨਾ ਘਰ ਰਹਿ ਜਾਂਦਾ, ਮਿੱਟੀ ਹੋ ਜਾਂਦਾ, ਮੁਰਦਾ ਹੋ ਜਾਂਦਾ,
ਮੁਰਦੇ ਨੂੰ ਕੋਈ ਸਤਿਕਾਰ ਨਹੀਂ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਇਸ ਕਰਕੇ ਸਤਿਗੁਰੂ ਉਹਨਾਂ ਨੂੰ ਮੁਰਦਾ ਹੀ ਮੰਨਦੇ ਆ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ। ਮਹਾਰਾਜ ਉਹਨਾਂ ਨੂੰ ਵਚਨ ਕਰਦੇ ਆ, ਫਰੀਦਾ ਪਿਛਲ ਰਾਤ ਨਾ ਜਾਗੇ, ਉਹ ਜੀਵੰਦੜੋ ਮੋਏ ਓਹੇ। ਜੇ ਤੂੰ ਸਾਰੀ ਰਾਤ ਤਾਂ ਭਾਈ ਸੁੱਤਾ ਰਿਹਾ, ਅੰਮ੍ਰਿਤ ਵੇਲਾ ਹੋ ਗਿਆ ਅਤੇ ਤੂੰ ਉੱਠਿਆ ਨਹੀਂ, ਗੁਰੂ ਦਾ ਵਚਨ ਨਹੀਂ ਮੰਨਿਆ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਨਾਮ ਨਹੀਂ ਜਪਿਆ। ਮਹਾਰਾਜ ਕਹਿੰਦੇ ਜੇ ਤੂੰ ਪਿਛਲੇ ਪਹਿਰ ਦੇ ਵਿੱਚ ਜਾਗਦਾ ਨਹੀਂ ਤਾਂ ਆਪਣੇ ਆਪ ਨੂੰ ਜਿਉਂਦਾ ਨਾ ਸਮਝੀ। ਮਹਾਰਾਜ ਕਹਿੰਦੇ ਤੂੰ ਜਿਉਂਦਾ ਹੀ ਇੱਕ ਮੁਰਦਾ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਰੀਦਾ ਪਿਛਲ ਰਾਤ ਨਾ ਜਾਗੇ, ਉਹ ਜੀਵੰਦੜੋ ਮੋਏ ਓਹੇ। ਤੂੰ ਜਿਉਂਦਾ ਹੀ ਮਰਿਆ ਹੋਇਆ ਹੀ ਹੈ ਮਹਾਰਾਜ ਕਹਿੰਦੇ, ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਦਾ, ਗੁਰੂ ਦਾ ਵਚਨ ਨਹੀਂ ਮੰਨਦਾ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਵਚਨ ਕਰਦੇ ਆ, ਸਿੱਖਾ ਜੇ ਤੈਂ ਰੱਬ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁਲਾ ਦਿੱਤਾ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਰੱਬ ਫਿਰ ਵੀ ਤੈਨੂੰ ਦੇਖ ਰਿਜ਼ਕ ਵੀ ਦੇ ਰਿਹਾ, ਕਿੰਨੇ ਸੁੱਖ ਦੇ ਰਿਹਾ, ਸਾਹ ਵੀ ਦੇ ਰਿਹਾ, ਪ੍ਰਾਣ ਵੀ ਦੇ ਰਿਹਾ, ਅਤੇ ਅੰਗ ਸਾਕ ਆ, ਕਿੰਨਾ ਕੁਛ ਸੰਸਾਰ ਦੇ ਆਪਾਂ ਸੁੱਖ ਭੋਗਦੇ ਹਾਂ। ਵਾਹਿਗੁਰੂ ਨੇ ਆਪਾਂ ਨੂੰ ਵਿਸਾਰਿਆ ਨਹੀਂ, ਭੁਲਾਇਆ ਨਹੀਂ, ਪਰਮਾਤਮਾ ਫਿਰ ਵੀ ਤਰੁੱਠ ਕੇ ਆਪਾਂ ਨੂੰ ਇਹ ਦਾਤਾਂ ਦੇਈ ਜਾਂਦਾ, ਭਾਵੇਂ ਆਪਾਂ ਅੰਮ੍ਰਿਤ ਵੇਲੇ ਵੀ ਨਾ ਉੱਠੀਏ, ਨਾਮ ਵੀ ਨਾ ਜਪੀਏ, ਪਰ ਤਰਕਾਰ ਤਾਂ ਜ਼ਰੂਰ ਮਿਲਦੀ ਹੈ। ਇਹ ਨਹੀਂ ਕਿ ਰੱਬ ਫਿਰ ਰੋਟੀ ਨਹੀਂ ਦਿੰਦਾ। ਦੱਦਾ ਦਾਤਾ ਇੱਕ ਹੈ, ਸਭ ਕੋ ਦੇ ਬਣਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਸਾਰੀ ਸ੍ਰਿਸ਼ਟੀ ਜਿੰਨੇ ਵੀ ਜੀਵ ਨੇ, ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜ਼ਕ ਦੇ ਕੇ ਰੋਜ਼ਾਨਾ ਹੀ ਪਾਲਦਾ। ਇਸ ਕਰਕੇ ਮਹਾਰਾਜ ਆਪਾਂ ਨੂੰ ਹੌਸਲਾ ਵੀ ਦਿੰਦੇ ਆ, ਜੇ ਤੈਂ ਭਾਈ ਰੱਬ ਨੂੰ ਭੁਲਾਇਆ ਹੋਇਆ, ਇੱਕ ਗੱਲ ਯਾਦ ਰੱਖ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਰੱਬ ਅੱਜ ਵੀ ਤੈਨੂੰ ਆਵਾਜ਼ਾਂ ਮਾਰ ਰਿਹਾ। ਇਸ ਕਰਕੇ ਗੁਰੂ ਦਾ ਵਚਨ ਮੰਨ ਭਾਈ, ਜਿਹਦੇ ਨਾਲ ਤੇਰਾ ਮਨੁੱਖਾ ਜਨਮ ਸਫਲਾ ਹੋ ਜਾਵੇ। ਜੇ ਤੂੰ ਗੁਰੂ ਦਾ ਵਚਨ ਮੰਨੇਗਾ, ਸੰਤੋ ਸਾਗਰ ਪਾਰ ਉਤਰੀਐ। ਮਹਾਰਾਜ ਕਹਿੰਦੇ ਆ ਭਵ ਸਾਗਰ ਆ ਜਿਹੜਾ ਸੰਸਾਰ, ਜਿੱਥੇ ਆਪਾਂ ਆਏ ਹੋਏ ਹਾਂ। ਮਹਾਰਾਜ ਕਹਿੰਦੇ ਜੇ ਤੂੰ ਗੁਰਮੁਖਾਂ ਦਾ, ਰੱਬ ਦੇ ਪਿਆਰਿਆਂ ਦਾ ਵਚਨ ਮੰਨ ਲਵੇਂਗਾ, ਵਚਨ ਦੇ ਉੱਪਰ ਪਹਿਰਾ ਦਵੇਂਗਾ, ਵਚਨ ਕਮਾਵੇਂਗਾ, ਤਾਂ ਸਤਿਗੁਰੂ ਤੈਨੂੰ ਭਵਜਲ ਤੋਂ ਪਾਰ ਕਰ ਦੇਣਗੇ। ਸੰਤੋ ਸਾਗਰ ਪਾਰ ਉਤਰੀਐ, ਇਹ ਸਾਗਰ ਤੋਂ ਤੂੰ ਤਰ ਜਾਵੇਂਗਾ ਗੁਰੂ ਦਾ ਬਚਨ ਕਮਾ ਕੇ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਭਾਈ ਤੂੰ ਗੁਰੂ ਦਾ ਬਚਨ ਕਮਾ ਲਵੇਂਗਾ, ਗੁਰਾਂ ਦੀ ਕਿਰਪਾ ਦੇ ਨਾਲ ਤੂੰ ਭਵ ਸਾਗਰ ਤੋਂ ਪਾਰ ਹੋ ਜਾਵੇਂਗਾ, ਮਹਾਰਾਜ ਤੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦੇਣਗੇ। ਜਿਹਦੇ ਨਾਲ ਮਨੁੱਖਾ ਜਨਮ ਸਫਲਾ ਉਹਦਾ ਹੀ ਗਿਣਿਆ ਜਾਂਦਾ ਹੈ, ਜਿਹਨੂੰ ਗੁਰੂ ਦੇ ਚਰਨਾਂ ਵਿੱਚ ਜਗ੍ਹਾ ਪ੍ਰਾਪਤ ਹੋ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਜਿਹਦੀ ਗੁਰੂ ਦੇ ਨਾਲ ਵਣ ਨਹੀਂ ਆਉਂਦੀ, ਮਹਾਰਾਜ ਦੇ ਨਾਲ ਜਿਨ੍ਹਾਂ ਦਾ ਪਿਆਰ ਵਣ ਨਹੀਂ ਆਉਂਦਾ, ਉਹਨਾਂ ਦਾ ਜਨਮ ਤਾਂ ਫਿਰ ਐਵੇਂ ਚੱਲਿਆ ਜਾਂਦਾ ਹੈ। ਕਬੀਰ ਆਪਣੇ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਵਰਗਾ ਜਨਮ ਵਾਹਿਗੁਰੂ ਨੇ ਦਿੱਤਾ ਸੀ, ਪਰ ਗੁਰੂ ਦਾ ਬਚਨ ਨਹੀਂ ਕਮਾ ਸਕਿਆ। ਮਹਾਰਾਜ ਕਹਿੰਦੇ ਉਹਦਾ ਜਨਮ ਕੌਡੀਆਂ ਦੇ ਭਾਅ ਚੱਲਿਆ ਗਿਆ। ਇਸ ਵਾਸਤੇ ਮਹਾਂਪੁਰਖ ਆਪਾਂ ਨੂੰ ਉੱਚੀਆਂ ਆਵਾਜ਼ਾਂ ਦੇ ਕੇ ਉਹ ਰੋਜ਼ਾਨਾ ਹੀ ਸੁਚੇਤ ਕਰਦੇ ਰਹਿੰਦੇ ਨੇ, ਐ ਭਾਈ ਤੂੰ ਜਾਗਣਾ ਕਰ, ਐ ਜੀਵ
हीरा जन्म अमोलक तेरा जानदा भाई जानदा पीतदा हीरा जन्म अमोलक तेरा जानदा भाई जानदा पीतदा ग्रंथ साहिब जी महाराज सतगुरु जी रोजाना ही आपां सुचेत करते रहिंदे ऐ करो बेनंती सुनो मेरे मीता संत टहल की बेला ऐ मेरे मित्रा आपां संबोधन करके गुरु जी कहिंदे ऐ आ जिहड़ा समां है वाहिगुरु की सेवा करन दा समां परमेश्वर जी का नाम जपण दा समां ਇਹ ਸਮਾਂ ਤੈਨੂੰ ਵਾਰ ਵਾਰ ਪ੍ਰਾਪਤ ਨਹੀਂ ਹੋਣਾ ਅੱਜ ਜਿਹੜੇ ਸਵਾਸ ਲੰਘ ਗਏ ਨੇ ਇਹ ਮੁੜ ਕੇ ਇਹ ਘੜੀਆਂ ਇਹ ਸਵਾਸ ਤੈਨੂੰ ਵਾਪਸ ਨਹੀਂ ਮਿਲਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਭਾਈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਗੁਰੂ ਵਾਲਾ ਬਣ ਕੇ ਵਾਹਿਗੁਰੂ ਦਾ ਨਾਮ ਜਪ ਕੇ ਲਾਹਾ ਖੱਟਣਾ ਕਰ ਤਾਂ ਤੇਰਾ ਅੱਗੇ ਜਾ ਕੇ ਦਰਗਾਹ ਦੇ ਵਿੱਚ ਵਸਣਾ ਬੜਾ ਸੌਖਾ ਹੋ ਜਾਵੇਗਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਮਹਾਰਾਜ ਬਚਨ ਕਰਦੀ ਹੈ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਔਦ ਕਟੈ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਐ ਮੇਰਿਆ ਮਨਾ ਜਿਹੜੀ ਤੇਰੀ ਔਦ ਹੈ
ਉਮਰ ਹੈ ਦਿਨੋਂ ਦਿਨ ਘਟਦੀ ਜਾਂਦੀ ਹੈ। ਤੂੰ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦਾ ਕਾਰਜ ਸਵਾਰ ਲੈ, ਗੁਰਾਂ ਦੇ ਨਾਲ ਜੁੜ ਕੇ ਜਿਹੜਾ ਤੇਰਾ ਮਨੁੱਖਾ ਜਨਮ ਹੈ ਤਾਂ ਹੀ ਸਫਲਾ ਹੋ ਸਕਣਾ ਜੇ ਗੁਰੂ ਦੇ ਨਾਲ ਜੁੜੇਗਾ। ਇਸ ਕਰਕੇ ਆਓ ਗੁਰੂ ਕੀ ਸੰਗਤ, ਸਤਿਗੁਰੂ ਜੀ ਦਾ ਬਚਨ ਮੰਨੀਏ। ਜਿਵੇਂ ਕਿ ਅੱਜ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਰਣਜੀਤ ਕੌਰ ਜੀ ਆਪਣੀ ਪਰਾਲਬਧ ਭੋਗ ਕੇ ਪਰਿਵਾਰ ਨੂੰ ਸਰਬੱਤ ਸੰਗਤਾਂ ਨੂੰ ਤਨ ਕਰਕੇ ਸਦੀਵ ਵਿਛੋੜਾ ਦੇ ਗਏ ਨੇ, ਤਾਂ ਉਹਨਾਂ ਦਾ ਜਾਣਾ ਜਾਂ ਆਪਾਂ ਨੂੰ ਸੁਚੇਤ ਕਰਦਾ ਕਿ ਇੱਕ ਦਿਨ ਇਹ ਮੌਤ ਵਾਲਾ ਸਮਾਂ ਆਪਣੇ ਉੱਪਰ ਵੀ ਆ ਜਾਣਾ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਇਸ ਕਰਕੇ ਆਓ ਮੌਤ ਨੂੰ ਯਾਦ ਰੱਖਦੇ ਹੋਏ ਗੁਰੂ ਵਾਲੇ ਬਣੀਏ ਗੁਰੂ ਕੀ ਸੰਗਤ, ਇਹੀ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਾਂ ਗੁਰੂ ਵਾਲੇ ਬਣੀਏ, ਵਾਹਿਗੁਰੂ ਦਾ ਨਾਮ ਜਪੀਏ, ਗੁਰੂ ਕੀ ਸੰਗਤ ਕਰੀਏ, ਚੰਗੇ ਕਰਮ ਕਰੀਏ, ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਜੀਵ ਸੱਚ ਦੇ ਮਾਰਗ 'ਤੇ ਚੱਲਦਾ, ਗੁਰਾਂ ਦਾ ਵਚਨ ਕਮਾਉਂਦਾ, ਮਹਾਰਾਜ ਉਹਨੂੰ ਬਹੁਤ ਮਾਣ ਦੇ ਨਾਲ ਕਹਿੰਦੇ ਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਨੇ ਗੁਰੂ ਦਾ ਬਚਨ ਕਮਾ ਲਿਆ, ਗੁਰੂ ਦੇ ਬਚਨ 'ਤੇ ਪਹਿਰਾ ਦਿੱਤਾ, ਆਪਣੇ ਜਨਮ ਨੂੰ ਸਵਾਰ ਲਿਆ। ਮਹਾਰਾਜ ਕਹਿੰਦੇ ਹੁਣ ਸੱਚਖੰਡ ਨੂੰ ਆਪਣੇ ਨਿੱਜ ਘਰ ਨੂੰ ਜਾ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੀ ਸੰਗਤ, ਸਭਨਾਂ ਨੇ ਇੱਥੋਂ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਵੀ ਜੀਵ ਪੈਦਾ ਹੋ ਗਿਆ ਉਹਨੇ ਇੱਕ ਦਿਨ ਜ਼ਰੂਰ ਚਲੇ ਜਾਣਾ ਸੰਸਾਰ ਦੇ ਵਿੱਚੋਂ। ਤੋ ਗੁਰੂ ਪਾਤਸ਼ਾਹ ਵਚਨ ਕਰਦੇ ਆ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਜਿਹਦੇ ਜੇ ਸਾਹ ਚੱਲਦੇ ਨੇ ਪ੍ਰਾਣ ਚੱਲਦੇ ਨੇ ਉਹ ਕਿਉਂ ਰੱਬ ਨੂੰ ਭੁਲਾਵੇ। ਮਹਾਰਾਜ ਉਹਨੂੰ ਕਹਿੰਦੇ ਆ ਭਾਈ ਜਿੰਨਾ ਸਮਾਂ ਤੇਰੇ ਸਾਹ ਚੱਲਦੇ ਨੇ ਤੂੰ ਇੱਕ ਵੀ ਸਵਾਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਾ ਜਾਣਦੇ, ਹਰੇਕ ਸਵਾਸ ਦੇ ਨਾਲ ਨਾਮ ਜਪ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੋ ਆਓ ਆਪਣਾ ਕਾਰਜ ਸਵਾਰੀਏ ਗੁਰੂ ਕੀ ਸੰਗਤ, ਇਹ ਮਾਤਾ ਜੀ ਦੀ ਰੂਹ ਨੂੰ ਆਓ ਸੱਚੀ ਸ਼ਰਧਾਂਜਲੀ ਹੋਵੇਗੀ। ਤੋ ਆਓ ਅੱਜ ਆਪਾਂ ਸਾਰੀਆਂ ਸੰਗਤਾਂ ਸੰਗਤ ਰੂਪ ਵਿੱਚ ਇਕੱਤਰ ਹੋ ਕੇ ਮਾਤਾ ਜੀ ਦੀ ਰੂਹ ਨੂੰ ਕੀਰਤਨ ਭਗਤੀ ਦੁਆਰਾ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਤੋ ਜਿੱਥੇ ਆਪ ਸਰਬੱਤ ਸੰਗਤਾਂ ਬੜੇ ਸਮੇਂ ਤੋਂ ਗੁਰੂ ਜੀ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਹੋ, ਆਓ ਹੁਣ ਸਮਾਂ ਹੋ ਗਿਆ ਜਿਸ ਮਕਸਦ ਵਾਸਤੇ ਆਏ ਹੈ, ਤੋ ਉਸ ਮਕਸਦ ਨੂੰ ਪੂਰਿਆਂ ਕਰੀਏ। ਆਓ ਪਹਿਲਾਂ ਆਨੰਦ ਸਾਹਿਬ ਦਾ ਜਾਪ ਕਰੀਏ ਜੀ, ਉਪਰੰਤ ਅਰਦਾਸਾਂ ਵਿੱਚ ਸ਼ਾਮਿਲ ਹੋ ਕੇ ਬੇਨਤੀਆਂ ਜੋਦੜੀਆਂ ਕਰੀਏ ਕਿ ਵਾਹਿਗੁਰੂ ਕਿਰਪਾ ਕਰਿਓ, ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨ ਭੌਜਲ ਫੇਰਾ। ਦੇਹੋ ਸੱਜਣਾ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਆਓ ਸੰਗਤ ਰੂਪ ਵਿੱਚ ਬੇਨਤੀ ਜੋਦੜੀ ਕਰੀਏ, ਗੁਰੂ ਕਿਰਪਾ ਕਰਨ, ਮਾਤਾ ਜੀ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰੋ, ਆਨੰਦ ਸਾਹਿਬ ਦਾ ਜਾਪ ਕਰੀਏ, ਉਪਰੰਤ ਅਰਦਾਸਾਂ ਵਿੱਚ ਸ਼ਾਮਿਲ ਹੋਈਏ ਜੀ, ਕੋਈ ਵੀ ਰਸਨਾ ਬਾਂਝੀ ਨਾ ਰਹੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ। ਆਇਆ
ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਦਾ ਸਿਰ ਪਾਵੈ ਓਏ ਨਾ ਜਾਣੈ